ثالث على وجه هستر او هستر خوشت بارا مثال دکانو اگر میرے کسی بہن بھائی دے گھر پریشانیاں تے اللہ میرے صدقے انہاں دے اپ سلام دے صدقے اٹلے تے اپ سلام دے صدقے میرے دے پریشانیاں وی ٹلے میری پریشانی بس اے آ کہ میں جلد تو جلد اپ دے پیراں تے کھڑی ہو جا تسی میری جنی مدد کرو گے میں انہاں نوں بھی اپ دی کوشش کراں گی تے مینوں بہت زیادہ خوشی ہوندی جے تے تسی میری ہیلپ وغیرہ کر دیو تے بہت زیادہ دلوں دعا نکلدی آ تے اللہ میں تانوں ہمیشہ خوش بات تے پریشانیاں توں دور رکھے آمین تے آو آدھا لوگ شروع کر دیا ہوں میرا کہ تینوں آدھا لوگ سمجھ آئے گا تے سب سے پہلے گل کر لوں تینوں بخار سے گھر دیکھو میری ادا کو لاہور ہو گئی میں نے اینک لگ گئی میں نے اینک لگ گئی تو آپ باہر دیکھ لیں کون آ ਸਮੀਆਂ ਆ ਗਿਆ ਵਾ ਫਿਰ ਰੌਲਾ ਖੋਲ ਲਿਆ।
ਭਾਈ ਕਹਿ ਰਿਹਾ ਚਾਹ ਪੀਵਾਂਗੇ ਤੇ ਮੇਰੇ ਚਾਚੂ ਦਾ ਵੀ ਬੇਟਾ ਵਾ ਮੇਰੇ ਪਾਪਾ ਤੋਂ ਛੋਟਿਆ ਮੈਂ ਚਾਚੂ ਤੇ ਉਹਨਾਂ ਦਾ ਬੇਟਾ ਮੇਰੇ ਤੋਂ ਵੱਡਾ ਵਾ ਮੇਰਾ ਭਾਈ ਸੋਹਣਾ ਤੇ ਬਸ ਇਹਨੂੰ ਅਚਾਨਕ ਨਜ਼ਰ ਹੀ ਲੱਗ ਗਈ ਕਿ ਸੱਟ ਲੱਗ ਗਈ ਰਾਹ ਜਾਂਦੇ ਤੇ ਭਾਈ ਕਹਿੰਦਾ ਚਾਹ ਪੀਵਾਂਗੇ ਤੇ ਹੁਣ ਉਹਨਾਂ ਨੂੰ ਕਹਿੰਦੇ ਆ ਮੈਂ ਸਾਲ ਖੁਦ ਖੇਲੇਗੀ ਚਾਹ ਮੈਂ ਚਾਹ ਬਣਾ ਲੇਗੀ ਤੇ ਮੈਂ ਮੱਛੀ ਜਿਹੜੀ ਖਾਵਾਂਗੀ ਸ਼ਾਮ ਨੂੰ ਆਪਾਂ ਖਾ ਦੋ ਉਹ ਭਾਈ ਦੇਖੋ ਭਾਈ ਸਮੀ ਨੇ ਚਾਹ ਬਣਾਈ ਦੂਸਰੀ ਫੈਮਿਲੀ ਵਾਸਤੇ ਚਾਹ ਬਣਾਈ ਅੱਗ ਨਹੀਂ ਬਾਲੀ ਸੀ ਸਿਲੰਡਰ ਭਰਵਾਇਆ ਹੋਇਆ ਸੀਗਾ ਤੇ ਮੈਂ ਕਿਹਾ ਜਲਦੀ ਜਲਦੀ ਭਾਈ ਸਮੀ ਨੂੰ ਚਾਹ ਬਣਾ ਕੇ ਦਾ ਉਹ ਕਹੇ ਚੰਗੀ ਚਾਹ ਬਣਾਉਣ ਗਈ ਹੋ ਲੈਣੀ ਆਈ ਭਾਈ ਚਾਹ ਦੇਖੋ ਜੀ ਆਪਣੀ ਸਾਜੀ ਆਈ ਮੇਰੇ ਹੱਥ ਤੋਂ ਚਾਹ ਲੈ ਕੇ ਆਈ ਅੱਲਾਹ ਤਾਲਾ ਉਹਨੂੰ ਕਾਮਯਾਬ ਕਰੇ ਇਹਨੇ ਅੱਜ ਮੈਨੂੰ ਚਾਹ ਪਿਲਾਈ ਦੀ ਦੋਸਤੋ ਇਹਦੀ ਵੀਡੀਓ ਨੂੰ ਲਾਈਕ ਕਰਿਓ ਇਹਦੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦੇ ਬਟਨ ਨੂੰ ਦਬਾ ਦਿਓ ਹੋਰ ਸੁਣਾਓ ਆਓ ਹੁਣ ਆਪਾਂ ਆਮਾ ਅਤੇ ਮੰਮਾ ਨੂੰ ਚਾਹ ਦਿੰਦੇ ਹਾਂ ਜੀ ਅੱਗ ਬਾਲ ਗਈ ਆ ਦੇਖੋ ਤੇ ਇੱਕ ਪੀਰ ਨਾਪ ਵਿੱਚ ਪਾ ਕੇ ਦੇਖਿਆ ਕਿ ਘੀ ਗਿਆ ਉਹ ਤੇਲ ਗਰਮ ਹੋਇਆ ਕਿ ਨਹੀਂ ਸਰਸੋਂ ਦਾ ਤੇਲ ਆ ਹੁਣ ਅਗਲਾ ਪੀਰ ਫਿਰ ਰੱਖੀ ਬਿਸਕੁਟਾਂ ਪਾ ਕੇ ਦੁਆ ਕਰਿਓ ਕਿ ਤੁਹਾਡੀ ਭੈਣ ਤੇਲ ਚ ਖਾਣ ਨਾ ਦੇ ਦੇਖੋ ਮੈਂ ਦੂਸਰਾ ਪੀਰ ਵਿੱਚ ਪਾਇਆ ਤੇ ਦੂਜੀ ਗੱਲ ਦੇਖੋ ਮੱਛੀ ਮਸਾਲਾ ਵਗੈਰਾ ਲਗਾ ਕੇ ਅੱਛੇ ਤਰੀਕੇ ਨਾਲ ਤਿਆਰ ਕਰਕੇ ਤੁਹਾਡੇ ਭੈਣ ਭਰਾਵਾਂ ਦੇ ਵਿੱਚ ਵੀ ਪੇਸ਼ ਕੀਤੀ ਆ ਦੇਖੋ ਮਾਸ਼ਾਅੱਲਾ ਕੜਾਈ ਵਾਲੇ ਕੈਮਰਾ ਸਾਹਮਣੇ ਠੀਕ ਆ ਦੇਖੋ ਤਲੀਰੀ ਆ ਦੇਖੋ ਖੁਸ਼ਬੂ ਕਿੰਨੀ ਮਿਲਦੀ ਤੇ ਦੇਖੋ ਫਰਾਈ ਹੋ ਰਹੀ ਆ ਫਿਸ਼ ਫਰਾਈ ਫਿਸ਼ ਮਾਮੂ ਰੱਖੀ ਗਿਆ ਫਰਾਈ ਫਿਸ਼ ਦੇਖੇ ਫਰਾਈ ਹੋ ਰਹੀ ਆ ਦਿਨ ਥੋੜ੍ਹਾ ਜਿਹਾ ਛੇੜੀਏ ਤਾਂ ਕਿ ਜਲਦੀ ਜਲਦੀ ਹੋਏ ਸਬਰ ਨਹੀਂ ਹੋਣ ਦਿਆ ਮੂੰਹ 'ਚ ਪਾਣੀ ਆ ਜਾਂਦਾ ਉਹ ਉਹਨੇ ਵੀ ਚਾਹ ਚੇਂਜ ਕਰੀਏ ਦੇਖੋ ਸਸਰੋਂ ਦਾ ਤੇਲ ਆ ਵਿੱਚ ਮੱਛੀ ਤਲੀ ਰਹੀ ਆ ਕਿਉਂਕਿ ਅੱਛਾ ਹੁੰਦਾ ਇਹਦੇ ਨਾਲ ਤਬੀਅਤ ਵਗੈਰਾ ਵੀ ਖਰਾਬ ਨਹੀਂ ਹੁੰਦੀ ਤੇ ਸਮੈਲ ਵੀ ਨਹੀਂ ਜ਼ਿਆਦਾ ਆਉਂਦੀ ਕਿਉਂਕਿ ਘੀ ਨਾਲ ਕੋਈ ਦਿਲ ਨੂੰ ਅਜੀਬ ਜਿਹਾ ਹੁੰਦਾ ਵਾ ਤੇ ਮੱਛੀ ਵੀ ਨਹੀਂ ਫਿਰ ਠੀਕ ਲੱਗਦੀ ਤੇ ਇਹਦੇ ਨਾਲ ਇੱਕ ਕਰਕੇ ਤਬੀਅਤ ਵੀ ਨਹੀਂ ਖਰਾਬ ਹੁੰਦੀ ਤੇ ਦੇਖੋ ਮਾਸ਼ਾਅੱਲਾ ਕਿੰਨਾ ਪਿਆਰਾ ਪੀਸ ਨਿਕਲਿਆ ਜੀ ਦੇਖੋ ਮੰਮਾ ਮੱਛੀ ਫਰਾਈ ਕਰ ਰਿਹਾ ਮੈਨੂੰ ਡਰ ਲੱਗਣ ਦਿਆ ਸੀ ਹਾਂਜੀ ਅਸਲਾਮ ਵਾਲੇਕਮ ਸਾਗਿਆ ਮੱਛੀ ਫਰਾਈ ਕਰ ਰਹੀ ਸੀ ਤੇ ਸਾਗਿਆ ਨੂੰ ਡਰਦੀ ਪਈ ਸੀ ਕਿ ਸਰਸੋਂ ਦਾ ਤੇਲ ਵਾ ਤੇ ਮੈਂ ਕਿਤੇ ਜਲ ਨਾ ਜਾਵਾਂ ਤੇ ਮੈਂ ਸਾਗਿਆ ਨੂੰ ਕਿਹਾ ਬੇਟਾ ਤੁਸੀਂ ਪਿੱਛੇ ਹਟ ਜਾਓ ਤੇ ਮੈਂ ਨਾ ਤੁਹਾਨੂੰ ਮੱਛੀ ਫਰਾਈ ਕਰ ਦਿੰਦੀ ਹਾਂ ਤੇ ਅੱਲਾ ਪਾਕ ਖੈਰ ਕਰੇਗਾ ਇਨਸ਼ਾਅੱਲਾ ਮੇਰੀ ਸਾਲੇ ਸਾਰਿਆਂ ਭੈਣ ਭਾਈਆਂ ਦੇ ਰਿਕੁਐਸਟ ਆ ਕਿ ਸਾਗਿਆ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਫੋਲੋ ਕਰੋ ਸ਼ੇਅਰ ਕਰੋ ਤੇ ਤੁਸੀਂ ਸਾਗਿਆ ਦੀ ਹੈਲਪ ਕਰਿਆ ਕਰੋ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਤੇ ਜਿਹੜੇ ਮੇਰੇ ਭੈਣ ਭਾਈ ਮੇਰੀ ਬੇਟੀ ਮੈਨੂੰ ਸਪੋਰਟ ਕਰ ਰਹੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਨਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹਾਂ ਤੇ ਜੀ ਆਓ ਤੁਹਾਨੂੰ ਮੱਛੀ ਦਿਖਾਉਂਦੇ ਹਾਂ ਦੇਖੋ ਮਾਸ਼ਾਅੱਲਾ ਕਿੰਨੀ ਪਿਆਰੀ ਖੁਸ਼ਬੂ ਆ ਰਹੀ ਆ ਤੇ ਤਲੀ ਹੋਈ ਪਈ ਆ ਦੇਖੋ ਤੇ ਉਹ ਸਾਹਮਣੇ ਤਲੇ ਨਾਲ ਹੀ ਪਈ ਆ ਤੇ ਆਹ ਤਲੀਨ ਵੀ ਆ ਤੇ ਜੀ ਸਾਡੀ ਫਿਸ਼ ਹੋ ਗਈ ਰੈਡੀ ਬੜੀ ਪਿਆਰੀ ਆ ਰਹੀ ਆ ਕਿਸੇ ਮੇਰੇ ਭੈਣ ਭਾਈ ਨੇ ਖਾਣੀ ਹੋਏ ਤੇ ਆਓ ਖਾਓ ਤੇ ਦੇਖੋ ਉਧਰ ਭਾਈ ਸਾਹਿਬ ਨੇ ਲੱਡੂ ਲਏ ਹੋਏ ਤੇ ਬੜਾ ਬਹੁਤ ਦਿਲ ਕਰਾ ਦੇ ਤੇ ਮੈਨੂੰ ਛੱਡ ਜਾਂਦਾ ਆਓ ਤੁਹਾਨੂੰ ਦਿਖਾਉਂਦੇ ਆ ਮੈਨੂੰ ਦੇ ਦਿਓ ਮੈਨੂੰ ਵੀ ਦੇ ਦਿਓ ਦੇਖੋ ਲੱਡੂ ਦੇਖੋ ਜੇ ਅਗਰ ਮੇਰੀ ਵੀਡੀਓ ਅੱਛੀ ਲੱਗੇ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਬਾਅਦ ਸਾਨੀ ਨਾਲ ਮੇਰੇ ਪਿਆਰੇ ਭੈਣ ਭਾਈਆਂ ਤਾਂ ਕੋਲ ਮੈਂ ਕਿ ਦੁਆਵਾਂ 'ਚ ਯਾਦ ਰੱਖਿਓ ਮੈਂ ਤੁਹਾਡੀ ਭਾਈ ਸ਼ਾਹ ਦੇ ਮਿਲਾਂਗੀ ਅਗਲੀ ਵੀਡੀਓ 'ਚ ਲਾ ਪਲੀਜ਼